डेली पंजाब न्यूज़ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਮੌਸਮ ਸੰਬੰਧੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹਾਂ ਜੀ। ਹਾਂਜੀ ਦੋਸਤੋ, ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਜੀ। ਹਾਂਜੀ, ਤਾਜ਼ਾ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਨੇਰੀ ਅਤੇ ਬੱਦਲਵਾਹੀ ਤੇ ਕਿਨਮਿਨ ਵੀ ਹੋ ਰਹੀ ਹੈ ਜੀ। ਹਾਂਜੀ, ਦੱਸ ਦਈਏ ਕਿ ਖਾਸ ਕਰਕੇ ਬਠਿੰਡਾ, ਜਿਸ ਦੇ ਨਾਲ ਨਾਲ ਮੰਡੀ, ਡੱਬਵਾਲੀ, ਮਾਨਸਾ ਦੇ ਇਸ ਦੇ ਨਾਲ ਨਾਲ ਫਾਜ਼ਿਲਕਾ ਦੇ ਇਲਾਕੇ ਹੋ ਗਏ ਜਿੱਥੇ ਸਾਨੂੰ ਤੇਜ਼ ਹਨੇਰੀ ਅਤੇ ਕਿਨਮਿਨ ਦੇਖਣ ਨੂੰ ਮਿਲ ਰਹੀਆਂ ਹਨ। ਜੇਕਰ ਇਹ ਸਿਸਟਮ ਇਸੇ ਤਰ੍ਹਾਂ ਅੱਗੇ ਵੱਧਦਾ ਤਾਂ ਸੰਗਰੂਰ ਦੇ ਕੁਝ ਹਿੱਸਿਆਂ ਵਿੱਚ ਮੀਂਹ ਆਵੇਗਾ ਅਤੇ ਇਸ ਦੇ ਨਾਲ ਨਾਲ ਪਟਿਆਲਾ, ਮਲੇਰਕੋਟਲਾ, ਫਰੀਦਕੋਟ, ਮੋਗਾ ਅਤੇ ਲੁਧਿਆਣਾ ਵਿੱਚ ਮੀਂਹ ਦਾ ਪ੍ਰਭਾਵ ਸਾਨੂੰ ਰਾਤ ਤੱਕ ਦੇ 12 ਵਜੇ ਤੱਕ ਮਿਲ ਸਕਦਾ ਹੈ ਜੀ। ਹਾਂਜੀ, ਦੱਸ ਦਈਏ ਕਿ ਫਿਲਹਾਲ ਮਲੇਰਕੋਟਲਾ, ਫਰੀਦਕੋਟ ਦੇ ਕੁਝ ਇਲਾਕੇ ਹੋ ਗਏ, ਜਿਵੇਂ ਕਿ ਬਠਿੰਡਾ ਦੇ ਹੋ ਗਿਆ, ਬਠਿੰਡਾ ਹੋ ਗਿਆ, ਮਾਨਸਾ ਹੋ ਗਿਆ ਅਤੇ ਹੋਰ ਅਤੇ ਸਿਰਸੇ ਦੇ ਕੁਝ ਇਲਾਕੇ ਹੋ ਗਏ, ਜਿਸ ਇਲਾਕਿਆਂ ਵਿੱਚ ਸਾਨੂੰ ਮੌਸਮ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹਾਂਜੀ ਦੱਸਦੀ, ਇਹਨਾਂ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਹਲਕੀ ਫੁਲਕੀ ਕਿਨਮਿਨ ਦੇਖਣ ਨੂੰ ਮਿਲ ਰਹੀ ਹੈ। ਹਾਂਜੀ, ਗੰਗਾਨਗਰ ਦੇ ਵੀ ਕੁਝ ਇਲਾਕੇ ਹਨ ਪਰ ਸਾਨੂੰ ਇੱਥੇ ਮੀਂਹ ਦਾ ਪ੍ਰਭਾਵ ਦੇਖਣ ਨੂੰ ਨਹੀਂ ਮਿਲ ਰਿਹਾ। ਹਾਂਜੀ, ਪਰ ਬਹੁਤ ਜਲਦੀ ਮੌਸਮ ਆਪਣੀ ਕਰਵਟ ਬਦਲੇਗਾ ਅਤੇ ਰਾਤ ਦੇ 12 ਵਜੇ ਤੱਕ ਕਈ ਇਲਾਕਿਆਂ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਂਜੀ ਦਾਦੀ, ਇਸ ਵਿੱਚ ਇਲਾਕੇ ਜਿਵੇਂ ਕਿ ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਮਾਨਸਾ ਅਤੇ ਮੋਗਾ ਅਤੇ ਫਾਜ਼ਿਲਕਾ ਅਤੇ ਹੁਸ਼ਿਆਰਪੁਰ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਰਾਤ ਦੇ 12 ਵਜੇ ਤੋਂ ਪਹਿਲਾਂ ਜਤਾਈ ਜਾ ਰਹੀ ਹੈ। ਹਾਂਜੀ, ਸਾਨੂੰ ਕਮੈਂਟ ਬਾਕਸ ਵਿੱਚ ਆਪਣੀ ਯਾਨੀ ਕਿ ਰਾਏ ਜ਼ਰੂਰ ਦਿਓ ਕਿੱਥੇ ਕਿੱਥੇ ਮੀਂਹ ਅੱਜ ਪਿਆ ਹੈ ਅਤੇ ਕਿੱਥੇ ਕਿੱਥੇ ਬੱਦਲਵਾਈ ਹੋ ਰਹੀ ਹੈ।